ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਜ ਨੇ ਜਦੋਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦੀ ਸੰਪਾਦਨਾ ਕੀਤੀ ਸੀ ਇਸ ਬੀੜ ਸਭ ਨੂੰ ਬੰਨਿਆ ਸੀਗਾ ਉਸ ਟਾਈਮ ਮਹਾਰਜ ਨੇ ਹਨ ਇਸ ਸਰੂਪ ਦੇ ਪ੍ਰਤੀ ਪੂਰੀ ਸੰਗਤ ਨੂੰ ਹਨ ਇੱਕ ਹਦਾਇਤ ਕੀਤੀ ਸੀ ਉਹ ਕਮਾਲ ਦੀ ਹਦਾਇਤ ਆ ਉਹ ਕੀ ਹੈ ਮਰਦਨ ਕਿਹਾ ਹੈਗਾ ਇੱਕ ਸ਼ਬਦ ਦੇ ਅੰਦਰ ਕਿ ਗਰਦੇਵ ਮਾਤਾ ਗਰਦੇਵ ਪਿਤਾ ਗਰਦੇਵ ਸਵਾਮੀ ਪਰਮੇਸ਼ਰ ਆ ਇਹ ਜਿਹੜਾ ਸ਼ਬਦ ਹਨ ਮਰਦਨ ਕਿਹਾ ਇਹ ਸ਼ਬਦ ਗੁਰਬਾਣੀ ਦੇ ਆਦ ਤੇ ਅੰਤ ਦੇ ਵਿੱਚ ਪੜਨ ਹਰੇਕ ਗੁਰਸਿੱਖ ਵਾਸਤੇ ਬੜਾ ਜ਼ਰੂਰੀ ਆ ਪਾਬਕੀ ਆ ਜਦੋਂ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਚਾਹੇ ਸਹਿਜ ਪਾਠ ਦੇ ਰੂਪ ਦੇ ਵਿੱਚ ਤੇ ਚਾਹੇ ਅਖੰਡ ਪੜ ਸਬਦ ਦੇ ਰੂਪ ਦੇ ਵਿੱਚ ਪਰ ਉਸ ਟਾਈਮ ਸਭ ਤੋਂ ਪਹਿਲਾਂ ਜਿਹੜਾ ਹੈ ਨਾ ਸ਼ਬਦ ਪੜਨਾ ਹੈਗਾ ਉਹ ਇਹੋ ਹੀ ਪੜਨਾ ਹੈਗਾ ਕਿ ਗਰਦੇਵ ਮਾਤਾ ਗਰਦੇਵ ਪਿਤਾ ਤੇ ਗਰਦੇਵ ਸਵਾਮੀ ਪਰਮੇਸ਼ਰਾ ਪਰ ਜਦੋਂ ਅਸੀਂ ਪੂਰੇ ਪਾਠ ਦਾ ਸੰਪੂਰਨ ਭੋਗ ਦੀ ਸਮਾਪਤੀ ਕਰਨੀ ਆ ਤੇ ਇਹੋ ਹੀ ਸ਼ਬਦ ਫੇਰ ਹੈ ਨਾ ਅਖੀਰ ਦੇ ਵਿੱਚ ਵੀ ਇਹ ਪੜਨ ਦੀ ਹਦਾਇਤ ਕੀਤੀ ਆ ਕਿ ਇਹ ਸ਼ਬਦ ਆਦ ਅੰਤ ਪੜਨਾ ਹੈਗਾ ਸੋ ਕਹਿੰਤੋ ਭਾਵ ਇਹ ਹੈ ਕਿ ਇਸ ਸ਼ਬਦ ਦੇ ਵਿੱਚ ਬਲੱਖਣ ਤਾਂ ਐਸੀ ਕਿਹੜੀ ਹੈ ਜਿਹੜੇ ਗੁਰੂ ਸਾਹਿਬ ਜਿਹੜੇ ਹਨ ਸਾਨੂੰ ਦੱਸਣਾ ਚਾਹੁੰਦੇ ਆ ਇਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈਗਾ ਕਿ ਮਾਤਾ ਪਿਤਾ ਦੀ ਜਿਹੜੀ ਸੇਵਾ ਹਨਾ ਜਾਂ ਮਾਤਾ ਪਿਤਾ ਜੀ ਦਾ ਜਿਹੜਾ ਪਰਉਪਕਾਰ ਵਾ ਆਪਣੇ ਬੱਚਿਆਂ ਦੇ ਪ੍ਰਤੀ ਇਹ ਭਮਾ ਕੋਈ ਵੀ ਇਨਸਾਨ ਜਿਹੜਾ ਹਨ ਕਿੰਨੇ ਵੀ ਜਨਮ ਧਾਰਨ ਕਰ ਲਵੇ ਆਪਣੇ ਮਾਤਾ ਪਿਤਾ ਦਾ ਬੱਚਿਆਂ ਪ੍ਰਤੀ ਕੀਤੀ ਸੇਵਾ ਕੀਤਾ ਜਜਬਾ ਕੀਤੀ ਕੁਰਬਾਨੀ ਦਾ ਕਦੇ ਵੀ ਰੰਨ ਨਹੀਂ ਚੁਕਾ ਸਕਦਾ ਹੈਗਾ ਇਸ ਕਰਕੇ ਮਹਾਰਾਜ ਨੇ ਨਾ ਖਾਸ ਹਦਾਇਤ ਕੀਤੀ ਹੈ ਕਿ ਅਗਰ ਸਭ ਤੋਂ ਵੱਡੇ ਗੁਰੂ ਆ ਨਾ ਇਸ ਸੰਸਾਰ ਦੇ ਅੰਦਰ ਉਹ ਹੈ ਤੁਹਾਡੇ ਮਾਤਾ ਪਿਤਾ ਜੀ ਕਿਉਂਕਿ ਅਸੀਂ ਥੋੜਾ ਜਿਹਾ ਅਗਰ ਪੁਰਾਤਨ ਕਿੱਸਿਆਂ ਦੇ ਉੱਤੇ ਝਾਤੀ ਮਾਰੀਏ ਜਿਵੇਂ ਕਿ ਸਾਨੂੰ ਪਤਾ ਹੈ ਕਿ ਸ਼ਿਵ ਜੀ ਭਗਵਾਨ ਜੀ ਦੇ ਦੋ ਲੜਕੇ ਹੋਏ ਸੀ ਇੱਕ ਗਣੇਸ਼ ਤੇ ਦੂਸਰਾ ਜਿਹੜਾ ਸੀਗਾ ਉਹ ਵੱਡਾ ਲੜਕਾ ਸੀਗਾ ਲੇਕਿਨ ਜਿਆਦਾ ਦੇਵਤਿਆਂ ਦੇ ਵਿੱਚ ਇਸ ਗੱਲ ਦੀ ਜਾਨੀ ਦੌੜ ਲੱਗੀ ਕਿ ਸਭ ਤੋਂ ਵੱਡਾ ਦੇਵਤਾ ਸ਼ਕਤੀਸ਼ਾਲੀ ਕਿਹੜਾ ਹੈਗਾ ਉਸ ਟਾਈਮ ਇਹ ਸਲਾਹ ਬਣੀ ਸੀਗੀ ਕਿ ਜਿਹੜਾ ਦੇਵਤਾ ਇਸ ਧਰਤੀ ਦੀ ਪ੍ਰਕਰਮਾ ਕਰ ਲਵੇ ਹਨ ਤਾਂ ਉਹ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਸਨਮਾਨ ਦੇ ਤੌਰ ਤੇ ਗਿਣਿਆ ਜਾਊਗਾ ਪਰ ਦੇਖੋ ਸਾਰੇ ਦੇਵਤੇ ਜਿਹੜੇ ਸੀਗੇ ਉਸੇ ਟਾਈਮ ਸ਼ਿਵ ਜੀ ਭਗਵਾਨ ਜੀ ਦੇ ਵੱਡੇ ਲੜਕੇ ਸਮੇਤ ਇਸ ਧਰਤੀ ਦਾ ਚੱਕਰ ਲਾਉਣ ਦੇ ਚਲੇ ਗਏ ਪਰ ਜਿਹੜੇ ਗਣੇਸ਼ ਜੀ ਸੀ ਜਿਹੜੇ ਛੋਟੇ ਸੀਗੇ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ ਹੈਗਾ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਤਾਂ ਛੋਟਾ ਹੈਗਾ ਮੈਂ ਧਰਤੀ ਦਾ ਚੱਕਰ ਨਹੀਂ ਲਾ ਸਕਦਾ ਤੇ ਪਰ ਮੈਂ ਲਾਉਣਾ ਚਾਹੁੰਦਾ ਹੈਗਾ ਦੱਸੋ ਮੈਂ ਕੀ ਕਰਾਂ ਤੇ ਫਿਰ ਸ਼ਿਵ ਜੀ ਮਹਾਰਾਜ ਨੇ ਇਹ ਦੱਸਿਆ ਹੈਗਾ ਕਿ ਜਿਹੜਾ ਕੋਈ ਇਨਸਾਨ ਗੁਰਸਿੱਖ ਬੱਚਾ ਜਾਂ ਵਿਅਕਤੀ ਆਪਣੇ ਮਾਤਾ ਪਿਤਾ ਜੀ ਦੀ ਪ੍ਰਕਰਮਾ ਕਰ ਲਵੇ ਹਨ ਸਮਝ ਲਓ ਪ੍ਰਕਰਮਾ ਜਿਹੜੀ ਹੈ ਨਾ ਪੂਰੀ ਧਰਤੀ ਦੀ ਗਣੀ ਜਾਂਦੀ ਹੈ ਦੇਖੋ ਕਹਿੰਦੇ ਗਣੇਸ਼ ਜੀ ਨੇ ਇਸ ਤਰ੍ਹਾਂ ਕੀਤੀ ਸੀ ਸ਼ਿਵ ਜੀ ਤੇ ਪਾਰਪਤੀ ਦੀ ਪ੍ਰਕਰਮਾ ਕੀਤੀ ਜਿਉਂ-ਜਿਉਂ ਪ੍ਰਕਰਮਾ ਕਰ ਰਹਿ ਸਗੇ ਤਿਉਂ ਤੇ ਜਿਹੜੇ ਬਾਕੀ ਦੇਵਤੇ ਸੀ ਉਹਨਾਂ ਨੇ ਦੇਖਿਆ ਸਗਾ ਕਿ ਗਣੇਸ਼ ਦੀ ਜਿਹੜੀ ਹਨਾ ਪ੍ਰਤੀਬਿੰਬ ਸੀਗੀ ਜਿਹੜਾ ਸਰੂਪ ਸੀਗਾ ਉਹ ਸਾਰਿਆਂ ਦੇ ਨਾਲੋਂ ਅੱਗੇ ਤੋਂ ਅੱਗੇ ਜਿਹੜਾ ਉਹਨਾਂ ਨੂੰ ਨਜ਼ਰ ਆ ਰਿਹਾ ਸੀਗਾ ਭਾਵ ਕੀ ਹੈਗਾ ਗਣੇਸ਼ ਭਾਵੇਂ ਬੱਚੇ ਸਕੇ ਛੋਟੇ ਸੀ ਇਸ ਕਰਕੇ ਉਹ ਦੇਵਤਿਆਂ ਦੇ ਵਿੱਚ ਸਭ ਤੋਂ ਵੱਧ ਸ੍ਰੇਸ਼ਟ ਕਰਕੇ ਪੂਜੇ ਗਏ ਕਿਉਂ ਪੂਜੇ ਗਏ ਇਸੇ ਕਰਕੇ ਉਹ ਪੂਜੇ ਗਏ ਸਗੇ ਕਿ ਉਹਨਾਂ ਨੇ ਆਪਣੇ ਮਾਤਾ ਪਿਤਾ ਦੀ ਪਰਕਰਮਾ ਕੀਤੀ ਭਾਵ ਕੀ ਹੈ ਕਿ ਮਾਤਾ ਪਿਤਾ ਦੀ ਜਿਹੜੀ ਸੇਵਾ ਹੈਗੀ ਆ ਜਿਹੜਾ ਅਹਿਸਾਸ ਆ ਮਾਤਾ ਪਿਤਾ ਜੀ ਦਾ ਇਹ ਇਹਨਾਂ ਦੇ ਮਨ ਦੇ ਵਿੱਚ ਸਗਾ ਪਵਕੀਆ ਇਸੇ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਗੱਲ ਦੱਸੀ ਆ ਕਿ ਅਗਰ ਸਭ ਤੋਂ ਵੱਡੀ ਸੇਵਾ ਹਨ ਉਹ ਹੈ ਮਾਤਾ ਪਿਤਾ ਦੀ ਕਿਉਂ ਕਿਉਂਕਿ ਮਾਤਾ ਪਿਤਾ ਪਹਿਲਾ ਤਾਂ ਗੱਲ ਇਹ ਹੈ ਕਿ ਇਹ ਬੱਚੇ ਦੇ ਜਨਨੀ ਹੈਗੇ ਆ ਅਗਰ ਜਨਨੀ ਆ ਤੇ ਇਸੇ ਕਰਕੇ ਇਹ ਮਾਤਾ ਪਿਤਾ ਤੋਂ ਬਗੈਰ ਜੀਵ ਸੰਸਾਰ ਦੇ ਵਿੱਚ ਆ ਨਹੀਂ ਸਕਦਾ ਤੇ ਜਨਨੀ ਹੋਣ ਦਾ ਜਿਹੜਾ ਮਾਨ ਸਨਮਾਨ ਪਰਮਾਤਮਾ ਨੇ ਸਿਰਫ ਕੇਵਲ ਤੇ ਕੇਵਲ ਮਾਤਾ ਪਿਤਾ ਨੂੰ ਦਿੱਤਾ ਹੈਗਾ ਦੂਸਰਾ ਕੀ ਹੈਗਾ ਕਿ ਮਾਂ ਜਿਹੜੀ ਹੈਗੀ ਆ ਉਹਦੇ ਅੰਦਰ ਵਾਹਿਗੁਰੂ ਜੀ ਨੇ ਐਸੇ ਗੁਣ ਭਰ ਦਿੱਤੇ ਆ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਜੇ ਜੈਸੇ ਤੋਂ ਜਨਨੀ ਖਾਣ ਪਾਣ ਕੋ ਸੰਜਮ ਕਰੇ ਤਾਂ ਤੇ ਸੁੱਤ ਰਹੇ ਨਿਰਵਿਗਨ ਉਰੋਗ ਜੀ ਜਦੋਂ ਬੱਚਾ ਆਪਣੀ ਮਾਤਾ ਜੀ ਦੇ ਗਰਭ ਵਿੱਚ ਹੁੰਦਾ ਹਨ ਦੇਖੋ ਕਹਿੰਦੇ ਉਸ ਟਾਈਮ ਜਿਹੜੀ ਮਾਂ ਹੈਗੀ ਉਹ ਖਾਣ ਪੀਣ ਲੱਗੇ ਵੀ ਬੜਾ ਪਰਹੇਜ਼ ਰੱਖਦੀ ਆ ਤਾਂ ਜੋ ਉਹਦਾ ਜਿਹੜਾ ਬੱਚਾ ਹੈ ਜਿਹੜਾ ਉਹਦੀ ਕੋਖ ਦੇ ਵਿੱਚ ਹੈ ਉਹ ਨਿਰਵਿਗਨ ਉਰੋਗ ਰਹੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਪਰ ਜਦੋਂ ਬੱਚਾ ਸੰਸਾਰ ਦੇ ਵਿੱਚ ਆ ਜਾਂਦਾ ਵੇ ਆਪਾਂ ਦੇਖਦੇ ਆ ਕਿ ਮਾਤਾ ਪਿਤਾ ਬੱਚੇ ਦਾ ਜਿਹੜਾ ਪਾਲਣ ਪੋਸ਼ਣ ਕਿਵੇਂ ਕਰਦੇ ਆ ਕਿਵੇਂ ਉਹਦੀ ਖਰਾਕ ਦੀ ਜਿਹੜੀ ਹੈਗੀ ਆ ਉਹ ਜ਼ਿੰਮੇਵਾਰੀ ਚੱਕਦੇ ਆ ਗਰਮੀਆਂ ਸਰਦੀਆਂ ਵਿੱਚ ਕੱਪੜਿਆਂ ਦੀ ਜ਼ਿੰਮੇਵਾਰੀ ਉਸ ਤੋਂ ਬਾਅਦ ਫਿਰ ਦੇਖੋ ਬੱਚੇ ਦੀ ਸਾਰੀ ਜਿਹੜੀ ਹੈ ਨਾ ਕਿਰਿਆ ਮਾਤਾ ਪਿਤਾ ਕਰਦੇ ਆ ਕਿਵੇਂ ਸੁੰਦਰ ਪੰਘੋੜਿਆਂ ਦੇ ਵਿੱਚ ਬੱਚਿਆਂ ਨੂੰ ਬਿਠਾ ਲ ਕੇ ਮਾਤਾ ਪਿਤਾ ਜਿਹੜੇ ਹੈ ਉਹਨੂੰ ਸੁੰਦਰ ਕੱਪੜੇ ਪਵਾ ਕੇ ਸੁੰਦਰ ਘਟੌਣਿਆਂ 'ਚ ਸਜਾ ਕੇ ਪਾਪ ਕੀ ਆ ਵੱਧ ਤੋਂ ਵੱਧ ਜਿਹੜੀ ਹੈ ਨਾ ਲਗਨ ਹੁੰਦੀ ਆ ਮਾਤਾ ਦੀ ਉਹ ਕੇਵਲ ਤੇ ਕੇਵਲ ਆਪਣੇ ਬੱਚੇ ਪ੍ਰਤੀ ਹੁੰਦੀ ਆ ਗਰਵਾਣੀ ਵਿੱਚ ਵੀ ਇਹ ਗੱਲ ਜਾਨੀ ਜਿਹੜਾ ਹੈਗੀ ਆ ਬੜੀ ਖੋਲ ਕੇ ਦੱਸੀ ਗਈ ਹੈ ਕਿ ਜਿਵੇਂ ਜਿਹੜੀ ਗਾਂ ਦੀ ਸੁਰਤ ਹੈ ਉਹ ਆਪਣੇ ਬੱਚਿਆਂ 'ਚ ਹੀ ਰਹਿੰਦੀ ਹੈ ਤੇ ਜਿਵੇਂ ਮਟਿਆਰਾਂ ਘੜਾ ਪਣ ਜਾਂਦੀਆਂ ਹੈਗੀਆਂ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਪੰਮਾ ਆਪਣੇ ਸਹੇਲੀਆਂ ਨਾਲ ਗੱਲਾਂ ਕਰਦੀਆਂ ਪਰ ਸੁਰਤ ਜਿਹੜੀ ਉਹ ਉਹਨਾਂ ਦੇ ਘੜੇ ਦੇ ਵਿੱਚ ਰਹਿੰਦੀ ਹੈ ਬੱਚੇ ਜਦੋਂ ਪਤੰਗ ਉਡਾਉਂਦੇ ਆ ਪਰ ਨਾਲ ਦੇ ਆਪਣੇ ਸਾਥੀਆਂ ਨਾਲ ਗੱਲਾਂ ਬਾਤਾਂ ਕਰਦੇ ਪਰ ਉਹਨਾਂ ਦੀ ਸੁਰਤ ਪਤੰਗ 'ਚ ਰਹਿੰਦੀ ਆ ਇਸੇ ਤਰ੍ਹਾਂ ਜਿਹੜੀ ਮਾਤਾ ਹੈਗੀ ਉਹ ਚਾਹੇ ਉਹ ਕਰਦੇ ਸਾਰੇ ਕੰਮ ਕਾਰਜ ਕਰਦੀ ਹੈ ਲੇਕਿਨ ਉਹਦੀ ਜਿਹੜੀ ਸੁਰਤ ਹਨ ਉਹ ਆਪਣੇ ਬੱਚਾ ਜਿਹੜਾ ਉਹਦੇ ਪੰਘੂੜੇ ਦੇ ਵਿੱਚ ਪਿਆ ਹੈ ਉਹਦੇ ਵਿੱਚ ਰਹਿੰਦੀ ਹੈਗੀ ਦੂਸਰੀ ਗੱਲ ਇਹ ਹੈਗੀ ਆ ਕਿ ਜਿਉਂ-ਜਿਉਂ ਬੱਚਾ ਤਕੜਾ ਹੁੰਦਾ ਹੈ ਮਾਤਾ ਪਿਤਾ ਜਿਹੜੇ ਕਿਵੇਂ ਉਹਦੀ ਸਿੱਖਿਆ ਦਾ ਖਿਆਲ ਰੱਖਦੇ ਆ ਤੇ ਦੁਨੀਆ ਦੇ ਸੰਸਕਾਰ ਜਿਹੜੇ ਹੈ ਫਿਰ ਬੱਚੇ ਨੂੰ ਸਿਖਾਉਂਦੇ ਆ ਰਹਿਣੀ ਬਹਿਣੀ ਕਹਿਣੀ ਸਹਿਣੀ ਭਾਵ ਕਿ ਹਰ ਇੱਕ ਤਰ੍ਹਾਂ ਦੀ ਸਿੱਖਿਆ ਜਿਹੜੀ ਹਨਾ ਮਾਤਾ ਪਿਤਾ ਬੱਚਿਆਂ ਨੂੰ ਦੇ ਦਿੰਦੇ ਆ ਕਿਉਂਕਿ ਮਾਤਾ ਪਿਤਾ ਜਿਹੜੇ ਹਨਾ ਬੱਚਿਆਂ ਦੇ ਵਿੱਚ ਆਪਣਾ ਭਵਖ ਦੇਖਦੇ ਆਪਣੀ ਕੋਲ ਦਾ ਜਿਹੜਾ ਉਜਾਲਾ ਪਨ ਹਨਾ ਉਹਨਾਂ ਨੂੰ ਬੱਚਿਆਂ ਦੇ ਵਿੱਚ ਨਜ਼ਰ ਆਉਂਦਾ ਹੈਗਾ ਪਰ ਬੱਚੇ ਜਿਹੜੇ ਹਨਾ ਕਹਿੰਦੇ ਜਦ ਵਿਆਹ ਤੋਂ ਪਹਿਲਾਂ ਤਾਂ ਬਿਲਕੁਲ ਸਹੀ ਹੁੰਦੇ ਆ ਪਰ ਸੰਸਕਾਰ ਸਭ ਕੁਝ ਜਾਣਦੇ ਨਾ ਜਾਣਦੇ ਹੋਏ ਵੀ ਮਾਤਾ ਪਿਤਾ ਉਹਨਾਂ ਦਾ ਪੂਰਾ ਖਿਆਲ ਰੱਖਦੇ ਆ ਇਸੇ ਕਰਕੇ ਸਿਆਣਿਆਂ ਨੇ ਕਿਹਾ ਹੈ ਕਿ ਮਾਪੇ ਜਿਹੜੇ ਹਨ ਇੱਕ ਮਾਪੇ ਨਹੀਂ ਹੁੰਦੇ ਪੁੱਤ ਕੁਪੁੱਤ ਹੋ ਜਾਂਦੇ ਆ ਪਰ ਉਹਦਾ ਕਾਰਨ ਜਿਹੜਾ ਹਨ ਅਸਲ ਦੇ ਵਿੱਚ ਕੀ ਹੁੰਦਾ ਹੈ ਕਾਰਨ ਅਸਲ ਦੇ ਵਿੱਚ ਇਹ ਹੁੰਦਾ ਹੈਗਾ ਕਿ ਜਦੋਂ ਬੱਚੇ ਸਿਆਣੇ ਜਾਂ ਵੱਡੇ ਹੋ ਕੇ ਆਪਣੇ ਆਪ ਨੂੰ ਜਦੋਂ ਵੱਧ ਸਿਆਣਾ ਗਹਿਣ ਨਾ ਮਾਤਾ ਪਿਤਾ ਤੋਂ ਜਾਂ ਮਾਤਾ ਪਿਤਾ ਦੇ ਪ੍ਰਤੀ ਉਹਨਾਂ ਦੀ ਜਿਹੜੀ ਹਨ ਪਿਆਰ ਦੀ ਜੋ ਖਿੱਚ ਹੈਗੀ ਆ ਉਹ ਘਟ ਕੇ ਕਿਸੇ ਦੂਸਰੇ ਪਾਸੇ ਚਲੀ ਜਾਵੇ ਸੋ ਇਹ ਜਿਹੜੀ ਹਨ ਖਿੱਚ ਦੂਸਰੇ ਪਾਸੇ ਚਲੀ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਮਾਇਆ ਦਾ ਮੋਹ ਮਾਇਆ ਦੀ ਸ਼ਾਨੋ ਸ਼ੌਕਤ ਉਸ ਟਾਈਮ 'ਤੇ ਜਿਹੜੇ ਹਨ ਇਹ ਜਿਹੜੀ ਮਾਤਾ ਪਿਤਾ ਤੇ ਬੱਚਿਆਂ ਦੇ ਵਿੱਚ ਇੱਕ ਤਰੇੜ ਜਿਹੀ ਬਣ ਜਾਂਦੀ ਹੈ ਨਾ ਇਹ ਤਰੇੜ ਫਿਰ ਹੌਲੀ-ਹੌਲੀ ਸਮਾਪਾ ਕੇ ਵੱਡੀ ਹੋ ਜਾਂਦੀ ਆ ਇੰਨੀ ਵੱਡੀ ਹੋ ਜਾਂਦੀ ਆ ਕਿ ਫਿਰ ਬਹੁਤ ਵੱਡੀ ਖਾਈ ਦਾ ਰੂਪ ਅਖਤਿਆਰ ਕਰ ਲੈਂਦੀ ਆ ਇਸੇ ਕਰਕੇ ਗਰਵਾਣੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਖੋਲ ਕੇ ਇਹ ਜਿਹੜਾ ਸੰਬੰਧ ਹੈਗਾ ਇਹ ਦੱਸਿਆ ਹੈਗਾ ਕਿ ਪਹਿਲਾਂ ਕਿਵੇਂ ਮਾਤਾ ਪਿਤਾ ਜਿਹੜੇ ਹੈਗਾ ਉਹ ਬੱਚੇ ਦਾ ਪੂਰਾ ਖਿਆਲ ਰੱਖਦੇ ਉਹਦੇ ਨਾਲ ਪੂਰੀ ਖੁਸ਼ੀ ਸਾਂਝੀ ਕਰਦੇ ਆ ਪਰ ਅਖੀਰ ਜਦ ਸ਼ਾਦੀ ਤੋਂ ਬਾਅਦ ਜਿਹੜਾ ਹਨਾ ਉਹਨਾਂ ਦੇ ਹਾਲਾਤ ਦੇ ਵਿੱਚ ਕਿਉਂ ਤਰੇੜਾ ਆ ਜਾਂਦੀਆਂ ਇਨਨ ਹੁਣ ਭਾਈ ਸਾਹਿਬ ਮਹਾਰਾਜ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਗਰਵਾਣੀ ਦੇ ਵਿੱਚ ਇਸ ਚੀਜ਼ ਨੂੰ ਖੋਲ ਕੇ ਦੱਸਿਆ ਹੈ ਜਿਵੇਂ ਭਾਈ ਸਾਹਿਬ ਜੀ ਲਿਖਦੇ ਆ ਕਿ ਮਾਤਾ ਪਿਤਾ ਆਨੰਦ ਦੇ ਵਿੱਚ ਪੁੱਤ ਦੀ ਕੜਮਾਈ ਹੋਈ ਜਦੋਂ ਕਹਿੰਦੇ ਪੁੱਤ ਦੀ ਕੜਮਾਈ ਹੁੰਦੀ ਆ ਪੁੱਤ ਮੰਗਿਆ ਜਾਂਦਾ ਇਸ ਕੜਮਾਈ ਦੇ ਵਿੱਚ ਮਾਤਾ ਪਿਤਾ ਬੜੇ ਖੁਸ਼ ਹੁੰਦੇ ਆ ਬਹੁਤ ਆਨੰਦ ਦੇ ਵਿੱਚ ਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਫਿਰ ਕਈ ਤਰ੍ਹਾਂ ਦੀਆਂ ਆਸਾਂ ਤੇ ਜਿਹੜੀਆਂ ਉਮੀਦਾਂ ਹਨ ਉਹ ਅੰਦਰ ਜਾਗਣੀਆਂ ਸ਼ੁਰੂ ਹੋ ਜਾਂਦੀਆਂ। ਸੋ ਅਗਲੀ ਜਿਹੜੀ ਪੰਕਤੀ ਆ ਉਹਦੇ ਵਿੱਚ ਭਾਈ ਸਾਹਿਬ ਲਿਖਦੇ ਆ ਕਹਿੰਦੇ ਰੈਸੀ ਅੰਗਨਾ ਮਾਬੀ ਗਾਵੇ ਸੁਹਲੇ ਸੁਖ ਸੋਈ ਕਹਿੰਦੇ ਰੈਸੀ ਅੰਗਨਾ ਮਾਬੀ ਕਹਿੰਦੇ ਦੇਖੋ ਮਾਂ ਜਿਹੜੀ ਆਪਣੇ ਅੰਗਾਂ ਦੇ ਵਿੱਚ ਫੁੱਲੀ ਨਹੀਂ ਸਮੋਦੀ ਨਹੀਂ ਖੋਛ ਹੁੰਦੀ ਜਾਂ ਤੇ ਇਹਦੇ ਵਿੱਚ ਫਿਰ ਦੇਖੋ ਕਹਿੰਦੇ ਕਿੰਨੇ ਖੁਸ਼ੀ ਦੇ ਜਿਹੜੇ ਹਨ ਉਹ ਗੀਤ ਗਾਉਂਦੀ ਆ। ਇਸ ਗੀਤ ਦੇ ਵਿੱਚ ਜਦ ਕਹਿੰਦੇ ਸਮਾ ਆ ਜਾਂਦਾ ਹਨ ਉਸ ਮਾਤਾ ਪਿਤਾ ਦਾ ਆਪਣੇ ਬੱਚੇ ਦਾ ਵਿਆਹ ਦਾ ਤੇ ਅੱਗੇ ਭਾਈ ਸਾਹਿਬ ਕਹਿੰਦੇ ਕਹਿੰਦੇ ਬਿਕਸੀ ਪੁੱਤ ਵਿਆਈਏ ਕੋੜੀ ਗਾਂ ਲਾਮਾ ਗਾਬ ਪਲੋਈ ਕਹਿੰਦੇ ਦੇਖੋ ਕਿੰਨੀ ਖੁਸ਼ ਹੁੰਦੀ ਆ ਜਦੋਂ ਹਨਾ ਉਹ ਆਪਣੇ ਪੁੱਤਰ ਦਾ ਵਿਆਹ ਕਰਦੀ ਆ ਤੇ ਇਸ ਵਿਆਹ ਦੇ ਵਿੱਚ ਚੰਗੀ ਤਰ੍ਹਾਂ ਕੋੜੀਆਂ ਤਾਂ ਲਾਮਾਂ ਦੇ ਜਿਹੜੇ ਗਾ ਗਾ ਕੇ ਆਪਣੇ ਜਿਹੜੇ ਸਾਰੇ ਚਾਹ ਜਾਂ ਸੱਦ ਰਖਣਾ ਉਹ ਮਾਂ ਜਿਹੜੀ ਆ ਪੂਰੇ ਕਰਦੀ ਆ ਇਸ ਸੰਬੰਧ ਭਾਈ ਸਾਹਿਬ ਹੁਣਾਂ ਨੇ ਬੜਾ ਸੁੰਦਰ ਜਿਹੜਾ ਹਨ ਇਸ ਚੀਜ਼ ਦਾ ਖਲਾਸਾ ਕੀਤਾ ਕਿੰਨੇ ਸੁੱਖਾਂ ਸੁੱਖੇ ਮਾਬੜੀ ਪੁੱਤ ਨੌਂ ਦਾ ਮੇਲ ਅਲੋਈ ਕਿੰਨੇ ਦੇਖੋ ਜਿਹੜੀ ਮਾਂ ਹੈਗੀ ਆ ਉਹਨੇ ਕਿੰਨੀਆਂ ਸੁੱਖਾਂ ਸੁੱਖੀਆਂ ਹੁੰਦੀਆਂ ਜਦੋਂ ਉਹ ਨੌਂ ਤੇ ਪੁੱਤ ਦਾ ਜਿਹੜਾ ਹਨ ਮੇਲ ਦੇਖ ਕੇ ਇੰਨੀ ਖੁਸ਼ ਹੁੰਦੀ ਆ ਕਿ ਇਹ ਜਿਹੜੀ ਮੇਰੀ ਨੌਂ ਤੇ ਪੁੱਤ ਦੀ ਜੋੜੀ ਹੈਗੀ ਆ ਬਹੁਤ ਸੁੰਦਰ ਆ ਇਹ ਸਦਾ ਇਸ ਤਰ੍ਹਾਂ ਰਹੇ ਇਹਨਾਂ ਨੂੰ ਅੰਦਰੋਂ ਜਾਣੀ ਉਹ ਤੋਂ ਸਦਕੇ ਹੁੰਦੀ ਆ ਕਈ ਤਰ੍ਹਾਂ ਦੀਆਂ ਸੀਸਾ ਦਿੰਦੀ ਆ ਤੇ ਜਿੱਥੇ ਵੀ ਉਹਨੇ ਥਾਂ ਥਾਂ ਤੇ ਇਹ ਆਪਣੇ ਪੁੱਤ ਤੇ ਨੋਹ ਦੀ ਜੋੜੀ ਦੀ ਸਲਾਮਤੀ ਵਾਸਤੇ ਸੁੱਖਾ ਸੁਖਣੀਆ ਹੁੰਦੀਆਂ ਹੈ ਉਹਨਾਂ ਸੁੱਖਾਂ ਨੂੰ ਕਿਵੇਂ ਉਹ ਜਿਹੜੀ ਹੈ ਨਾ ਮਾਂ ਜਿਹੜੀ ਹੈ ਬੜੇ ਚਾਹ ਦੇ ਨਾਲ ਪੂਰਾ ਕਰਦੀ ਆ ਪਰ ਹੁਣ ਇੱਥੇ ਜਿਹੜਾ ਹੈ ਨਾ ਅਗਲਾ ਜੋ ਜੋ ਜ਼ਿੰਦਗੀ ਦਾ ਨੋਹ ਪੁੱਤ ਦੇ ਸਬੰਧ ਦੇ ਵਿੱਚ ਮਾਤਾ ਪਿਤਾ ਦਾ ਜੋ ਅੰਤਰ ਪੈ ਜਾਂਦਾ ਹਨ ਉਸ ਨੂੰ ਭਾਈ ਸਾਹਿਬ ਹੁਣਾਂ ਨੇ ਬੜਾ ਹੀ ਸੁੰਦਰ ਢੰਗ ਨਾਲ ਖilas ਜਿਹੜਾ ਹੈਗਾ ਉਹਦਾ ਵਰਣਨ ਕੀਤਾ ਹੈਗਾ ਸੋ ਭਾਈ ਸਾਹਿਬ ਲਿਖਦੇ ਆ ਨੋ ਨਿਤ ਕੰਤ ਕੁਮਤ ਦੇ ਬਿਹਰੇ ਹੋਵਨ ਸਾਸ ਬੇਗੋਈ ਕਹਿੰਦੇ ਨੋ ਨਿਤ ਕੰਤ ਕੁਮਤ ਦੇ ਪਰ ਕਹਿੰਦੇ ਦੇਖੋ ਉਹ ਜਿਹੜੀ ਨੋ ਹੈਗੀ ਆ ਜਿਹੜੀ ਉਸ ਘਰ ਦੇ ਵਿੱਚ ਜਿਹਦੇ ਉੱਤੇ ਮਾਤਾ ਪਿਤਾ ਦੀਆਂ ਬੜੀਆਂ ਸੱਦਰਾਂ ਬੜੀਆਂ ਆਸਾਂ ਤੇ ਮਿੱਦਾਂ ਹੁੰਦੀਆਂ ਹਨ ਉਹ ਸਾਰੀਆਂ ਸੱਦਰਾਂ ਤੇ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੰਦੀ ਆ ਕਿਵੇਂ ਫੇਰਦੀ ਆ ਜਦੋਂ ਕਿ ਉਹ ਆਪਣੇ ਪਤੀ ਨੂੰ ਮਾਤਾ ਪਿਤਾ ਦੇ ਲੜਕੇ ਨੂੰ ਜਿਹੜੀ ਹਨ ਉਹ ਕੁਮੰਤ ਦਿੰਦੀ ਭਾਵ ਕੀ ਹੈ ਕਿ ਉਹ ਸੋਚ ਉਹਦੀ ਬਦਲਣ ਦੀ ਕੋਸ਼ਿਸ਼ ਕਰਦੀ ਆ ਉਹਨੂੰ ਉਲਟਾ ਪੜਾਉਂਦੀ ਆ ਕੀ ਕਹਿੰਦੀ ਆ ਕਹਿੰਦੀ ਕਿ ਬਿਹਰੇ ਹੋ ਬਣ ਕਹਿੰਦੀ ਤੂੰ ਆਪਣੇ ਮਾਤਾ ਪਿਤਾ ਤੋਂ ਦੂਰ ਹੋ ਪਾਬਕੀ ਆਪਣਾ ਰੋਟੀ ਪਾਣੀ ਬੋਰੀ ਬਿਸਤਰੀ ਆ ਜਾਣੀ ਜੋ ਵੀ ਕੋਸ਼ ਵਹਨ ਇਹ ਆਪਣਾ ਅਲੱਗ ਕਰ ਜਦੋਂ ਕਹਿੰਦੇ ਨੋ ਜਿਹੜੀ ਹਨਾ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਹੈਗੀ ਆਪਣੇ ਪਤੀ ਨੂੰ ਦਿੰਦੀ ਆ ਕਿ ਉਹਨੇ ਕਿਵੇਂ ਆਪਣੇ ਸੱਸ ਤੇ ਸਹੁਰੇ ਤੋਂ ਜੁੜਾ ਹੋਣਾ ਹੈਗਾ ਇਹ ਜਿਹੜੀ ਚੀਜ਼ ਹਨਾ ਭਾਈ ਸਾਹਿਬ ਹੁਣਾਂ ਨੇ ਬੜੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਜਿਹੜੀ ਹੈਗੀ ਇਹ ਲਿਖੀ ਆ ਕਹਿੰਦੇ ਨੋ ਨਿਤਕੰਤ ਕੁਮੰਤ ਦੇ ਬਿਹਰੇ ਹੋਵਨ ਸੱਸਿਵਗੋਈ ਜਿਹਨੂੰ ਫੇ ਕਹਿੰਦੇ ਦੇਖ ਕੇ ਜਿਹੜੀ ਸੱਸ ਵਾ ਉਹ ਮਾਂ ਨਹੀਂ ਮਨ ਬਹੁਤ ਅਦਾਸ ਹੁੰਦੀ ਆ ਬਹੁਤ ਦੁਖੀ ਹੁੰਦੀ ਪਾਪ ਕੀ ਆ ਕਿ ਉਹਦੀਆਂ ਸਾਰੀਆਂ ਜਿਹੜੀਆਂ ਸੱਦਰਾਂ ਸੀਗੀਆਂ ਉਹਨਾਂ ਜਿਹੜੇ ਚਾਮਲਾਰ ਸੀ ਉਹਨਾਂ ਚਾਮਲ ਚਾਰਾ ਮਲਾਰਾਂ ਦੇ ਉੱਤੇ ਫਿਰ ਜਿਹੜਾ ਪਾਣੀ ਫਿਰਨ ਲੱਗ ਪੈਂਦਾ ਸੋ ਕਹਿੰਦੇ ਫਿਰ ਇਹਦਾ ਨਤੀਜਾ ਜਿਹੜਾ ਕੀ ਹੁੰਦਾ ਹੈਗਾ ਜਦੋਂ ਪੁੱਤ ਦਾ ਝਗਾ ਜਿਹੜਾ ਹੈਗਾ ਉਹ ਆਪਣੀ ਘਰ ਵਾਲੀ ਦੇ ਨਾਲ ਵੱਜ ਜਾਂਦਾ ਹੈਗਾ ਤੇ ਮਾਤਾ ਪਿਤਾ ਦੇ ਨਾਲ ਜਿਹੜਾ ਬਹੁਤ ਘਟ ਜਾਂਦਾ ਹੈ ਜਿਵੇਂ ਉਹ ਕਹ ਲੋ ਕਿ ਨਾਮਾਤਰ ਹੋ ਜਾਂਦਾ ਹੈਗਾ ਉਸ ਟਾਈਮ ਕਹਿੰਦੇ ਫੇ ਜਿਹੜੀ ਪੁੱਤ ਦੇ ਮੱਤ ਦੇ ਉੱਤੇ ਜਿਹੜਾ ਨੌਂ ਦਾ ਪੜਾਇਆ ਹੋਇਆ ਸਬਕ ਹੁੰਦਾ ਉਹਦਾ ਐਸਾ ਅਸਰ ਹੁੰਦਾ ਹੈ ਨਾ ਫੇਰ ਕਹਿੰਦੇ ਕੀ ਹੁੰਦਾ ਕਿ ਭਾਈ ਸਾਹਿਬ ਲਿਖਦੇ ਕਹਿੰਦੇ ਲੱਖ ਉਪਕਾਰ ਬਿਸਾਰ ਕੇ ਪੁੱਤ ਕੋ ਪੁੱਤ ਚੱਕੀ ਉੱਠ ਚੋਈ ਕਹਿੰਦੇ ਮਾਤਾ ਪਿਤਾ ਦੇ ਇਤੇ ਇੱਕ ਨਹੀਂ ਲੱਖਾਂ ਜਿਹੜੇ ਪਰ ਉਪਕਾਰ ਹਨ ਪੁੱਤ ਜਿਹੜਾ ਇੱਕ ਛਿਣ ਦੇ ਵਿੱਚ ਬਿਸਾਰ ਦਿੰਦਾ ਲੱਖ ਉਪਕਾਰ ਬਸਾਰ ਕੇ ਪੁੱਤ ਕੁਪਤ ਚੱਕੀ ਉੱਠ ਚੋਈ ਕਹਿੰਦੇ ਪੁੱਤ ਜਿਹੜਾ ਹਨਾ ਫੇਕ ਉਪੱਤ ਪੋਣਾ ਕਰਦਾ ਪਾਬ ਝਗੜੇ ਕਰਦਾ ਝਗੜੇ ਕਰਕੇ ਆਪਣਾ ਜਿਹੜਾ ਬੋਰੀ ਬਿਸਤਰਾ ਹੈਗਾ ਆਪਣੇ ਮਾਤਾ ਪਿਤਾ ਤੋਂ ਰੋਟੀ ਪਾਣੀ ਹਰੇਕ ਚੀਜ਼ ਦੀ ਜਿਹੜੀ ਵੰਡ ਹੈਗੀ ਹਨਾ ਇਸ ਰੋਲੇ ਗੋਲੇ ਦੇ ਵਿੱਚ ਪਹਿਲ ਦੇ ਆਧਾਰ ਤੇ ਕਰ ਲੈਂਦਾ ਹੈਗਾ ਪਾਬ ਕੀ ਆਈ ਜਿਹੜੀ ਹੈ ਨਾ ਕਰ ਕਰ ਦੀ ਕਹਾਣੀ ਜਿਹੜਾ ਭਾਈ ਸਾਹਿਬ ਹੁਣਾਂ ਨੇ ਬੜੇ ਸੋੜੇ ਸੁੰਦਰ ਹੀ ਢੰਗ ਤਰੀਕੇ ਦੇ ਨਾਲ ਸਾਨੂੰ ਆਪਣੀਆਂ ਜਿਹੜੀਆਂ 12 ਹੈਗੀਆਂ ਉਹਦੇ ਵਿੱਚ ਸਾਨੂੰ ਦਰਸਾਈ ਹੈਗੀ ਆ ਸੋ ਪਾਈ ਸਾਹਿਬ ਨੇ ਅਖੀਰ ਇਹ ਗੱਲ ਜਾਨੀ ਆਖੀ ਹੈ ਕਿ ਹੋਵੇ ਸਰਬਨ ਵਿਰਲਾ ਕੋਈ ਕਹਿੰਦੇ ਕੋਈ ਸਰਬਨ ਪੁੱਤ ਅਸਲ ਦੇ ਵਿੱਚ ਕਹਿੰਦੇ ਕੋਈ ਵਿਰਲਾ ਹੁੰਦਾ ਹੈ ਪਾਬਕੀਆ ਕਿ ਜ਼ਿਆਦਾਤਰ ਜਿਹੜੇ ਹਨ ਪੁੱਤ ਹੈਗੇ ਉਹ ਸਮਾ ਪਾ ਕੇ ਜਦ ਵਿਆਹ ਸ਼ਾਦੀ ਹੁੰਦੀ ਆ ਉਹ ਆਪਣੇ ਮਾਤਾ ਪਿਤਾ ਤੋਂ ਜੁਦਾ ਹੋਣ ਦਾ ਜਿਹੜਾ ਟੰਡੋਰਾ ਪੜਦੇ ਰਹਿੰਦੇ ਆ ਇਹ ਟੰਡੋਰਾ ਜਿਹੜਾ ਸਮਾ ਪਾ ਕੇ ਇਹਨਾਂ ਤੂਫਾਨ ਇੱਕ ਰੂਪ ਧਾਰ ਕਰ ਜਾਂਦਾ ਕਿ ਜਮੀਨਾਂ ਜੈਦਾਤਾਂ ਦੀ ਵੰਡ ਦੇ ਪਿੱਛੇ ਫਿਰ ਮਾਤਾ ਪਿਤਾ ਤੇ ਪੁੱਤਰਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਝਗੜੇ ਹੋਣੇ ਸ਼ੁਰੂ ਕਰ ਦਿੰਦੇ ਆ ਹੋ ਤੇ ਆਪਾਂ ਵੀ ਦੇਖਦੇ ਆ ਕਿ ਜਿਵੇਂ ਅੱਜਕੱਲ ਦੀਆਂ ਅਖਬਾਰਾਂ ਦੇ ਵਿੱਚ ਜਿੱਥੇ ਬੇਦਖਰੀ ਨੋਟਸ ਜਿਹੜੇ ਆ ਇੰਨੇ ਆਪਾਂ ਰੋਜ਼ ਪੜ੍ਹਦੇ ਆ ਉਹਦਾ ਕਾਰਨ ਇੱਕੋ ਇੱਕ ਹੁੰਦਾ ਹੈਗਾ ਉਹ ਕੀ ਹੁੰਦਾ ਹੈਗਾ ਕਿ ਜਦੋਂ ਪੁੱਤਰ ਜਿਹੜਾ ਹਨਾ ਮਾਤਾ ਪਿਤਾ ਦੇ ਲੱਖਾਂ ਪਰਉਪਕਾਰ ਜਿਹੜੇ ਇੱਕ ਛੇਣ ਦੇ ਵਿੱਚ ਵਿਸਾਰ ਕੇ ਹਨਾ ਕੇਵਲ ਤੇ ਕੇਵਲ ਆਪਣੇ ਸੁਆਰਥ ਵਾਸਤੇ ਆਪਣੀ ਖੁਸ਼ੀ ਵਾਸਤੇ ਜਿਹੜਾ ਹਨਾ ਆਪਣੇ ਮਾਤਾ ਪਿਤਾ ਤੋਂ ਜਦੋਂ ਉਹ ਜੁਦਾ ਹੋ ਜਾਂਦਾ ਫਿਰ ਉਸ ਟਾਈਮ ਜਿਹੜੀ ਮਾਤਾ ਪਿਤਾ ਦੇ ਅੰਦਰ ਐਸੀ ਜੋ 60 ਵਜਦੀ ਹਨ ਉਹ 60 ਦਾ ਜਿਹੜਾ ਦੁੱਖ ਹੈਗਾ ਉਹ ਤਾਂ ਕਿੰਦੇ ਫਿਰ ਵਾਹਿਗੁਰੂ ਵੀ ਜਿਹੜਾ ਹਨ ਉਹਦੇ ਵਾਸਤੇ ਸਹਿਣ ਨਹੀਂ ਕਰ ਸਕਦਾ ਇਸੇ ਕਰਕੇ ਗੁਰਬਾਣੀ ਨੇ ਕਿਹਾ ਕਿ ਹੋਵੇ ਸਰਬਣ ਵਿਰਲਾ ਕੋਈ ਕਿੰਦੇ ਸਰਬਣ ਪੁੱਤ ਵਰਗਾ ਤਾਂ ਕਿੰਦੇ ਕੋਈ ਵਿਰਲਾ ਹੀ ਪੁੱਤ ਹੋ ਸਕਦਾ ਹੈਗਾ ਜੇ ਸਰਬਣ ਪੁੱਤ ਨੇ ਯਾਨੀ ਕਿ ਆਪਣੇ ਅੰਤ ਸੁਵਾਸਾਂ ਤੱਕ ਵੀ ਆਪਣੇ ਮਾਤਾ ਪਿਤਾ ਦੀ ਸੇਵਾ ਜੜੀ ਕੀਤੀ ਆ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਸਰਬਣ ਪੁੱਤਰ ਦੇ ਜਿਹੜੇ ਮਾਤਾ ਪਿਤਾ ਸਗੇ ਉਹ ਨੇਤਰ ਹੀਣ ਸਗੇ ਪਰ ਜਦੋਂ ਕਿਸੇ ਨੇ ਜਿਹੜਾ ਸੀ ਸਰਬਣ ਨੂੰ ਦੱਸਿਆ ਸੀਗਾ ਕਿ ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ 68 ਤੀਰਥਾਂ ਤੇ ਇਸ਼ਨਾਨ ਕਰਾਉਂਗੇ ਤਾਂ ਇਹਨਾਂ ਦੀ ਜਿਹੜੀ ਅੱਖਾਂ ਦੀ ਜੋਤੀ ਉਹ ਵਾਪਸ ਆ ਸਕਦੀ ਆ ਦੱਸਦੇ ਆ ਕਿ ਸਰਬਣ ਜਿਹੜਾ ਸੀਗਾ ਆਪਣੇ ਮਾਤਾ ਪਿਤਾ ਨੂੰ ਦੇਖੋ ਬਿੰਗੀ ਦੀ ਵਿੱਚ ਉਹ ਚੱਕ ਕੇ ਹਨਾ ਸਾਰੇ ਤੀਰਥਾਂ ਤੇ ਇਸ਼ਨਾਨ ਕਰਨ ਲਈ ਜੈਕ ਲੈ ਕੇ ਜਾ ਰਿਹਾ ਸੀਗਾ 68 ਤੀਰਥਾਂ ਤੇ ਸਰਬਣ ਨੇ ਜਿਹੜਾ ਇਸ਼ਨਾਨ ਕਰਾਤਾ ਸੀ ਪਰ ਇੱਕ ਤੀਰਥ ਬਾਕੀ ਰਹਿ ਗਿਆ ਸੀਗਾ ਜਿਵੇਂ ਸ ਤੀਰ ਸਦੇ ਉੱਤੇ ਹਨ ਸਰਬਣ ਦੇ ਨਾਲ ਫਿਰ ਉਸ ਟਾਈਮ ਜਿਹੜੀ ਘਟਨਾ ਵਾਪਰੀ ਸੀ ਉਹ ਘਟਨਾ ਜਿਹੜੀ ਸੀਗੀ ਉਹ ਆਪ ਸਾਰੀਆਂ ਸੰਗਤਾਂ ਜਾਣਦੀਆਂ ਹੈਗੀਆਂ ਕਿ ਕਿਵੇਂ ਰਾਜਾ ਜਿਹੜਾ ਦਸ਼ਰਤ ਸਗਾ ਉਹਨੇ ਫੇ ਜਿਹੜਾ ਸਰਬਣ ਦੇ ਜਿਹੜਾ ਇੱਕ ਐਸਾ ਭਲੇਖੇ ਦੇ ਨਾਲ ਤੀਰ ਮਾਰ ਦਿੱਤਾ ਸੀਗਾ ਜਿਹਦੇ ਨਾਲ ਜਿਹੜੀ ਸਰਬਣ ਦੀ ਜਿਹੜੀ ਸੀ ਉਹ ਉਹਨਾਂ ਟਾਈਮਾਂ ਦੇ ਵਿੱਚ ਮੌਤ ਹੋਈ ਸੀ ਤੇ ਇਸ ਮੌਤ ਦਾ ਜਿਹੜਾ ਕਾਰਨ ਜਦ ਸਰਬਣ ਦੇ ਮਾਤਾ ਪਿਤਾ ਨੂੰ ਵੀ ਲੱਗਾ ਸਗਾ ਉਹਨਾਂ ਨੇ ਵੀ ਆਪਣੇ ਪੁੱਤਰ ਦੇ ਬਜੋਗ ਦੇ ਵਿੱਚ ਫਿਰ ਪ੍ਰਾਣ ਤਿਆਗ ਦਿੱਤੇ ਸੀ ਸੋ ਕਹਿਣ ਤੋਂ ਪਾਵੇ ਹੈ ਕਿ ਇਹ ਜਿਹੜੀ ਕਿੱਸੇ ਆ ਜਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਇਸ ਚੀਜ਼ ਪਰ ਪ੍ਰੇਰਣਾ ਕਰਦੀਆਂ ਕਿ ਸਰਬਣ ਦੇ ਪੁੱਤ ਤਾਂ ਜ਼ਰੂਰ ਹੁੰਦੇ ਪਰ ਬਹੁਤ ਘੱਟ ਹੁੰਦੇ ਬਹੁਤ ਵਿਰਲੇ ਹੁੰਦੇ ਆ ਪਰ ਜ਼ਿਆਦਾਤਰ ਜਿਹੜੇ ਪੁੱਤਰ ਉਹ ਹੁੰਦੇ ਹੈ ਜਿਹੜੇ ਆਪਣੇ ਮਾਤਾ ਪਿਤਾ ਦਾ ਜਿਹੜਾ ਪਰਉਪਕਾਰ ਹੈਗਾ ਉਹ ਇੱਕ ਛੇਣ ਦੇ ਵਿੱਚ ਤਿਆਗ ਕੇ ਹਨ ਆਪਣੇ ਸਵਾਰਥ ਦੀ ਜਿਹੜੀ ਜ਼ਿੰਦਗੀ ਹੈ ਆਪਣੇ ਮਨ ਦੀ ਦੁਨੀਆ ਜਿਹੜੀ ਹੈਗੀ ਆ ਇਸ ਦੁਨੀਆ ਦੇ ਵਿੱਚ ਰਹਿਣਾ ਜਿਹੜਾ ਜ਼ਿਆਦਾ ਪਸੰਦ ਕਰਦੇ ਆ ਇਸੇ ਕਰਕੇ ਸਾਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਜਿਹੜੀ ਹਨ ਪ੍ਰੇਰਣਾ ਸਿੱਖਿਆ ਜਿਹੜੀ ਹੈਗਾ ਗੁਰਸਿੱਖ ਨੂੰ ਇਹ ਦਿੱਤੀ ਹੈਗੀ ਆ ਕਿ ਸਭ ਤੋਂ ਪਹਿਲਾਂ ਤੁਸੀਂ ਜਾਨੀ ਇਹ ਸ਼ਬਦ ਪੜ੍ਹਨਾ ਹੈਗਾ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਹਿੱਸੇ ਕਰਕੇ ਜਦੋਂ ਗੁਰਸਿੱਖ ਗਰਬਾਣੀ ਪੜ੍ਹਦੇ ਆ ਸਹਿਜ ਪਾਠ ਦੀ ਰੰਮਤਾ ਕਰਦੇ ਆ ਤੇ ਜਾਂ ਧੰਨਾ ਤਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰਮਤਾ ਕਰਦੇ ਆ ਸਭ ਤੋਂ ਪਹਿਲਾਂ ਇਹ ਸ਼ਬਦ ਪੜ੍ਹਦੇ ਆ ਪਰ ਸਮਾਵਤੀ ਵਿੱਚ ਵੀ ਮਹਾਰਾਜ ਨੇ ਇਹ ਦੱਸਿਆ ਕਿ ਇਹ ਸ਼ਬਦ ਆਦ ਅੰਤ ਪੜ੍ਹਨਾ ਭਾਵ ਕੀ ਹੈ ਕਿ ਗੁਰਬਾਣੀ ਦੇ ਸ਼ੁਰੂ ਵਿੱਚ ਵੀ ਅਖੀਰ ਵਿੱਚ ਵੀ ਪੜ੍ਹਨਾ ਹੈਗਾ ਇਸੇ ਕਰਕੇ ਪੜ੍ਹਨਾ ਹੈ ਤਾਂ ਜੋ ਗੁਰਸਿੱਖ ਦੇ ਜੀਨ ਦੇ ਵਿੱਚ ਉਹਦੇ ਆਪਣੇ ਅਕਲ ਦੇ ਵਿੱਚ ਉਹਦੇ ਹਿਰਦੇ ਦੇ ਵਿੱਚ ਮਾਤਾ ਪਿਤਾ ਦੇ ਪ੍ਰਤੀ ਜਿਹੜਾ ਹਨਾ ਸਤਕਾਰ ਹੈਗਾ ਉਹ ਸਭ ਤੋਂ ਵੱਧ ਬਣਿਆ ਰਹੇ ਉਹਨੂੰ ਇਹ ਸਗਲ ਦੀ ਸੋਝੀ ਰਹੇ ਕਿ ਮਾਤਾ ਪਿਤਾ ਦੇ ਸਤਕਾਰ ਤੋਂ ਬਿਨਾਂ ਮਾਤਾ ਪਿਤਾ ਦੀ ਸੇਵਾ ਤੋਂ ਬਿਨਾਂ ਰੱਬ ਦੀ ਕੀਤੀ ਸੇਵਾ ਜਿਹੜੀ ਹਨ ਉਹ ਕਿਸੇ ਥਾਂੇ ਨਹੀਂ ਪੈਂਦੀ ਹੈਗੀ ਚਾਹੇ ਉਹ ਜ਼ਿੰਦਗੀ ਦੇ ਵਿੱਚ ਕਈ ਸਹਿਜ ਪਾਠਾਂ ਦੇ ਭੋਗ ਪਾਲ ਲਵੇ ਕਈ ਤੰਤਨ ਸ੍ਰੀ ਖੰਡ ਪਰ ਸਾਬ ਦੇ ਪਾਠ ਕਰ ਲਵੇ ਅਗਰ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਤੋਂ ਬੰਝਾ ਰਹਿੰਦਾ ਹਨ ਉਹਦਾ ਕੀਤਾ ਜਿੰਨਾ ਵੀ ਜਿਹੜਾ ਹਨ ਜਪ ਤਪ ਫਾਲ ਹੈਗਾ ਸਾਰਾ નિਸਫਲ ਚਲਿਆ ਜਾਂਦਾ ਹੈਗਾ ਇਸੇ ਕਰਕੇ ਸਾਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਗੱਲ ਦਾ ਜਾਨੀ ਕਿ ਬਾਰ 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 ਇਹ ਪ੍ਰੇਰਣਾ ਦੇ ਰੂਪ ਦੇ ਵਿੱਚ ਦਿੱਤਾ ਹੈਗਾ ਇਹ ਗੁਰਦੇਵ ਮਾਤਾ ਗੁਰਦੇਵ ਪਿਤਾ ਕਿ ਸਭ ਤੋਂ ਪਹਿਲਾਂ ਵੱਡਾ ਤੇਰਾ ਗੁਰੂ ਮਾਤਾ ਹੈ ਫਿਰ ਪਿਤਾ ਹੈ ਫੇ ਸਵਾਮੀ ਹੈ ਫੇ ਪਰਮੇਸ਼ਰ ਹੈ ਬਸ ਇਸ ਗੱਲ ਨੂੰ ਤੇਰੇ ਅੰਦਰ ਦ੍ਰਿੜਤਾ ਜਿਹੜੀ ਹੈ ਉਹ 24 ਘੰਟੇ ਅਠੇ ਪੈਰ ਇਹ ਗੱਲ ਤੇਰੇ ਅੰਦਰ ਕਰ ਕਰ ਜਾਣੀ ਚਾਹੀਦੀ ਹੈ ਇਸੇ ਕਰਕੇ ਜਿਹੜੇ ਪ੍ਰਾਤਨ ਪੂਰਨ ਮਹਾਪੁਰਖ ਹੋਏ ਹਨ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਨੂੰ ਇੰਨਾ ਉੱਚਾ ਤੇ ਸੋਚਾ ਕਰਕੇ ਬੜੀਆਂ ਮੁਸ਼ਕਲਤਾਂ ਦੇ ਬਾਅਦ ਕਮਾ ਕੇ ਦੁਨੀਆ ਦੇ ਅੰਦਰ ਇਹ ਸਨੇਹਾ ਦਿੱਤਾ ਹੈਗਾ ਕਿ ਸਭ ਤੋਂ ਜਿਹੜੀ ਵੱਡੀ ਸੇਵਾ ਹਨ ਉਹ ਕੇਵਲ ਤੇ ਕੇਵਲ ਮਾਤਾ ਪਿਤਾ ਦੀ ਹੈ ਜਿਵੇਂ ਮਹਾਪੁਰਖ ਦੱਸਦੇ ਆ ਕਿ ਜਦੋਂ ਕੋਈ ਸਮਾਂ ਹੁੰਦਾ ਸੀਗਾ ਜਦੋਂ ਬਿਲਕੁਲ ਜਿਹੜੇ ਨੌਜਵਾਨ ਲੜਕੇ ਜਿਹੜੇ ਸੀਗੇ ਉਹ ਸਮਾਂ ਪਾ ਕੇ ਕੁਝ ਜਦੋਂ ਕਿਸੇ ਮਹਾਤਮਾ ਜੀ ਦੇ ਦਰਸ਼ਨ ਕਰਨ ਆਉਂਦੇ ਸੀ ਤਾਂ ਮਹਾਤਮਾ ਨੂੰ ਕਹਿੰਦੇ ਸੀ ਕਿ ਤੁਸੀਂ ਸਾਨੂੰ ਨਾਮਦਾਨ ਬਖਸ਼ੋ ਪਰ ਮਹਾਤਮਾ ਦਾ ਦੇਖੋ ਇੱਕੋ ਹੀ ਜਵਾਬ ਹੁੰਦਾ ਸੀ ਉਹ ਇਹ ਪੁੱਛਦੇ ਹੁੰਦੇ ਸੀਗੇ ਕਿ ਤੁਹਾਡੇ ਮਾਤਾ ਪਿਤਾ ਜੀ ਹੈਗੇ ਆ ਪਰ ਜਦੋਂ ਉਹ ਜਿਹੜੇ ਲੜਕੇ ਨੌਜਵਾਨ ਬੱਚੇ ਜਿਹੜੀ ਸੁਸਤਸ ਦੇ ਹੁੰਦੇ ਕਿ ਸਾਡੇ ਮਾਤਾ ਪਿਤਾ ਜੀ ਹੈਗੇ ਤਾਂ ਮਾਪੁਰਖ ਦੱਸਦੇ ਹੁੰਦੇ ਸੀ ਕਿ ਜਿਨ੍ਹਾਂ ਦੇ ਪਈ ਮਾਤਾ ਪਿਤਾ ਹੈਗੇ ਆ ਉਹ ਰੂਹਾਂ ਤੰਤਾ ਯੋਗ ਹੈਗੀ ਆ ਇਸ ਕਰਕੇ ਤੁਹਾਨੂੰ ਜਿਹੜਾ ਹੈ ਨਾ ਕਿਤੇ ਵਾਰ ਪਟਕਣ ਦੀ ਲੋੜ ਨਹੀਂ ਮਾਤਾ ਪਿਤਾ ਦੀ ਜਿਹੜੀ ਸੇਵਾ ਹਨਾ ਅਸਲ ਦੇ ਵਿੱਚ ਇਹੋ ਹੀ ਸਭ ਤੋਂ ਉੱਤਮ ਤੇ ਵੱਡਾ ਨਾਮਦਾਨ ਹੈਗਾ ਬਸ ਇਹ ਜਿਹੜੀ ਗੱਲ ਹਨਾ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਬੱਚਿਆਂ ਦੇ ਵਿੱਚ ਘਰ ਘਰ ਜਣਨੀ ਚਾਹੀਦੀ ਹੈ ਕਿ ਸਭ ਤੋਂ ਜਿਹੜੀ ਉੱਤਮ ਸੇਵਾ ਹਨ ਕੇਵਲ ਤੇ ਕੇਵਲ ਮਾਤਾ ਪਿਤਾ ਦੀ ਹੈ ਤੇ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦਾ ਜੋ ਸਿੱਖਿਆ ਹੈਗੀ ਹੈ ਇਹਦੇ ਉੱਤੇ ਪੂਰਨ ਪੈਰਾ ਦੇਣਾ ਚਾਹੀਦਾ ਹੈ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਜਦੋਂ ਇਹ ਸ਼ਬਦ ਸਾਡੇ ਅੰਦਰ ਪੂਰੀ ਧ੍ਰੜਤਾ ਦੇ ਨਾਲ ਆ ਜਾਏਗਾ ਹਨ ਤਾਂ ਫਿਰ ਵਾਹਿਗੁਰੂ ਦੀ ਜਿਹੜੀ ਪ੍ਰਸੰਤਾ ਹੈਗੀ ਉਹ ਸਦਾ ਹੀ ਸਾਡੇ ਉੱਤੇ ਬਣੀ ਰਹੇਗੀ ਤੇ ਜਿਹੜੇ ਸੱਜਣ ਆਪਣੇ ਮਾਤਾ ਪਿਤਾ ਨੂੰ ਗੁਰਦੇਵ ਕਰਕੇ ਪੂਜਦੇ ਨੇ ਜਾ ਪੂਜਦੇ ਆ ਤੇ ਉਹਨਾਂ ਦਾ ਇਹ ਲੋਕ ਤੇ ਪਰਲੋਕ ਦੋਨੇ ਹੀ ਜਿਹੜਾ ਹਨ ਉਹ ਸੁਖ ਫਲ ਹੋ ਜਾਂਦਾ ਉਜਲ ਹੋ ਜਾਂਦਾ ਤੇ ਉਹਨਾਂ ਰੂਹਾਂ ਦੀ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਆ ਸੋ ਇਹਨੇ ਬਚਨ ਕਰਦਾ ਹੋਇਆ 10 ਖਿਮਾਂ ਦਾ ਜਾਚ ਕਿਹਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੇ ਸੋ ਫਤੇ ਬਲਾਉ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ